ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਦੁਪਹਿਰ ਵੇਲੇ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਨ ਹੈ ਕਿ ਹਾਜ਼ਰ ਹਨ ਜੀ ਇਸ ਵੀਡੀਓ ਦੇ ਵਿੱਚ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਪੇਸ਼ ਕੀਤਾ ਜਾਏਗਾ ਜੀ ਤੁਹਾਨੂੰ ਰਿਕੁਐਸਟ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਜੀ ਲਾਲ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਅਪਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਦਬਾ ਦਿਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸ਼ੁਰੂਆਤ ਕਰਦੇ ਹਾਂ ਜੀ ਸੂਬਾ ਸਰਕਾਰ ਦੇ ਵੱਲੋਂ ਬਜ਼ੁਰਗਾਂ ਦੀ ਵਿਸ਼ੇਸ਼ ਦੇਖਪਾਲ ਲਈ ਐਡਵਾਈਜ਼ਰੀ ਜਾਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਜ਼ੁਰਗਾਂ ਅਤੇ ਬਿਰਧ ਨਾਗਰਿਕਾਂ ਦੀ ਵਿਸ਼ੇਸ਼ ਦੇਖਪਾਲ ਦੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਜੀ ਇਹ ਐਡਵਾਈਜ਼ਰੀ ਕੋਰੋਨਾ ਵਾਇਰਸ ਪ੍ਰਤੀ ਘੱਟ ਪ੍ਰਤੀਰੋਧਕ ਸ਼ਕਤੀ ਵਾਲੇ 60 ਜਾਂ ਇਸ ਤੋਂ ਵਧੇਰੇ ਉਮਰ ਦੇ ਬਜ਼ੁਰਗ ਅਤੇ ਨਾਗਰਿਕਾਂ ਅਤੇ ਗੰਭੀਰ ਸਾਹ ਦਿਲ ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ ਤੋਂ ਪੀੜਤ ਦੇ ਲਈ ਹੈ ਐਡਵਾਈਜ਼ਰੀ ਦੇ ਵਿੱਚ ਬਜ਼ੁਰਗ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਤੇ ਕਿਸੇ ਵੀ ਆਉਣ ਵਾਲੇ ਨੂੰ ਨਾ ਮਿਲਣ ਦੇ ਲਈ ਕਿਹਾ ਗਿਆ ਹੈ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਤੇ ਕਾਂਗਰਸ ਕਰ ਰਹੀ ਹੈ ਰਾਜਨੀਤੀ ਵਿਕਰਮਜੀਤ ਮਜ਼ੀਕੀਆ ਬਿਕਰਮਜੀਤ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਜਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ ਹਜ਼ੂਰ ਸਾਹਿਬ ਅਤੇ ਉੱਥੋਂ ਆਏ ਸ਼ਰਧਾਲੂਆਂ ਤੇ ਟਿੱਪਣੀਆਂ ਹਨ ਉਹ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਮਜੀਠੀਆ ਨੇ ਕਿਹਾ ਕਿ ਇਹ ਸਿੱਖਾਂ ਦੇ ਲਈ ਇੱਕ ਮਹੱਤਵਪੂਰਨ ਅਤੇ ਪਵਿੱਤਰ ਸਥਾਨ ਹੈ ਇਸ ਲਈ ਕਾਂਗਰਸ ਦੇ ਤਰਫੋਂ ਕੀਤੀ ਜਾ ਰਹੀ ਰਾਜਨੀਤੀ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਸੋ ਉਸ ਤੋਂ ਬਾਅਦ ਜੀ ਕੋਵਿਡ 19 ਦੇ 11 ਕੇਸ ਸਾਹਮਣੇ ਆਉਣ ਤੇ ਬਾਬਾ ਰੂਡੂ ਨਗਰ ਦੀ ਤਹਿਸੀਲ 10 ਪਰਿਵਾਰਕੀ ਤੇ ਇਕਾਂਤਵਾਸ ਹਰਜੀਤ ਸਿੰਘ ਦਾ ਹੱਥ ਜੋੜਨ ਵਾਲੇ 7 ਡਾਕਟਰ ਅਤੇ 108 ਪੁਲਿਸ ਮੁਲਾਜ਼ਮਾਂ ਦਾ ਡੀਜੀਪੀ ਐਵਾਰਡ ਦੇ ਲਈ ਚੋਣ ਤੇ ਹੰਦਵਾੜਾ ਮੁਕਾਬਲੇ ਦੇ ਵਿੱਚ ਪੰਜ ਜਵਾਨਾਂ ਦੇ ਬਲੀਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ ਪੀਐਮ ਮੋਦੀ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਹੈ ਸ਼੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਦਾ ਹਲਵਾ ਦੇ ਨਾਲ ਕੈਪਟਨ ਨੇ ਵੀਡੀਓ ਕਾਲ ਕਰਕੇ ਪੁੱਛਿਆ ਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀ ਕੋਵਿਡ ਕੇਅਰ ਸੈਂਟਰ ਰੈਤਬਾਰਾ ਚ ਇਕਾਂਤਵਾਸ ਹੋਏ ਸ਼੍ਰੀ ਹਜ਼ੂਰ ਸਾਹਿਬ ਤੋਂ ਅਏ ਸ਼ਰਦਾ ਲਵਾਂ ਦੇ ਨਾਲ ਮੋਬਾਈਲ ਫੋਨ ਤੇ ਵੀਡੀਓ ਕਾਲ ਕਰਕੇ ਗੱਲਬਾਤ ਕੀਤੀ ਅਤੇ ਉਹਨਾਂ ਦਾ ਹਾਲ ਪੁੱਛਿਆ ਸੋ ਉਹਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰ ਦਿੱਤਾ ਤੇ ਸਰਕਾਰ ਦੇ ਵੱਲੋਂ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਗੰਭੀਰਤਾ ਦਿਖਾਈ ਜਾ ਰਹੀ ਹੈ ਤੇ ਇਕਾਂਤਵਾਸ ਦੌਰਾਨ ਹਰ ਜ਼ਰੂਰੀ ਸਹੂਲਤਾਂ ਸਮੇਂ ਸਿਰ ਕਰਵਾਈ ਜਾ ਰਹੀ ਹੈ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਦੇ 36 ਲੱਖ ਪਰਿਵਾਰਾਂ ਨੂੰ ਵੱਡੀ ਰਾਹਤ 1.40 ਕਰੋੜ ਜੀਆਂ ਨੂੰ ਲਾਭ ਮਿਲੇਗਾ ਜੀ ਸੋ ਵੱਡੀ ਖਬਰ ਆ ਰਹੀ ਹੈ ਇਸ ਖਬਰ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਸਮਾਰਟ ਕਾਰਡ ਧਾਰਕਾਂ ਨੂੰ ਕਣਕ ਤੇ ਦਾਲ ਵੰਡਣੀ ਸ਼ੁਰੂ ਹੋ ਗਈ ਹੈ ਜੀ ਸੂਬੇ ਦੇ ਤਕਰੀਬਨ 36 ਲੱਖ ਪਰਿਵਾਰਾਂ ਨੂੰ 1.40 ਕਰੋੜ ਮੈਂਬਰਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਇਹ ਮਦਦ ਮਿਲੇਗੀ ਜੀ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਪੂਸ਼ਨ ਆਸ਼ੂ ਨੇ ਦੱਸਿਆ ਕਿ ਅੰਮ੍ਰਿਤਸਰ ਫਿਰੋਜ਼ਪੁਰ ਫਰੀਦਕੋਟ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮੋਹਾਲੀ ਪਟਿਆਲਾ ਰੋਪੜ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਵਿੱਚ ਦਾਲਾਂ ਪਹੁੰਚਾਈਆਂ ਜਾ ਚੁੱਕੀਆਂ ਹਨ ਅਤੇ ਕੰਮ ਤੇਜ਼ੀ ਦੇ ਨਾਲ ਜਾਰੀ ਆ ਬਰਨਾਲਾ ਫਾਜ਼ਿਲਕਾ ਬਠਿੰਡਾ ਮੋਗਾ ਮਾਨਸਾ ਸ਼ਹੀਦ ਭਗਤ ਸਿੰਘ ਨਗਰ ਤਰਨਤਾਰਨ ਮੁਕਤਸਰ ਸਾਹਿਬ ਪਠਾਨਕੋਟ ਦੇ ਵਿੱਚ ਰਾਸ਼ਨ ਦੀ ਵੰਡ 10 ਮਈ ਤੋਂ ਸ਼ੁਰੂ ਹੋਵੇਗੀ ਸੋ ਸਾਰੇ ਸਰੋਤਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਹਾਡੇ ਤੱਕ ਇਹ ਕੇਂਦਰ ਸਰਕਾਰ ਦੇ ਵੱਲੋਂ ਸਮਾਰਟ ਕਾਰਡ ਰਾਸ਼ਨ ਸਕੀਮ ਪਹੁੰਚ ਚੁੱਕੀ ਹੈ ਤੇ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਜੇਕਰ ਨਹੀਂ ਪਹੁੰਚੀ ਤਾਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਸੋ ਇਸ ਦੇ ਵਿੱਚ ਜੀ 3 ਮਹੀਨਿਆਂ ਦੇ ਲਈ ਪ੍ਰਤੀ ਵਿਅਕਤੀ 5 ਕਿਲੋ ਕਣਕ 1 ਕਿਲੋ ਦਾਲ ਪਤੀ ਪ੍ਰਤੀ ਪਰਿਵਾਰ ਦਿੱਤੀ ਜਾ ਰਹੀ ਹੈ ਮੰਡੀਆਂ ਚ ਖੱਜਲ ਹੋ ਰਹੇ ਕਿਸਾਨ ਸਰਕਾਰ ਦੇ ਮੰਤਰੀ ਸੰਤਰੀ ਘਰਾਂ ਚੋਂ ਬੈਠੇ ਬੀਬਾ ਹਰਸਿਮਰਤ ਫੇਸਬੁਕ ਯੂਜ਼ਰ ਲਈ ਵੱਡੀ ਖਬਰ ਹੁਣ ਲਾਈਵ ਦੇਖਣ ਤੋਂ ਪਹਿਲਾਂ ਕਰਨੀ ਪਵੇਗੀ ਪੇਮੈਂਟ ਸੋ ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਵੈਬਸਾਈਟ ਫੇਸਬੁਕ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਆ ਜਲਦ ਫੇਸਬੁਕ ਲਾਈਵ ਵੀਡੀਓਜ਼ ਦੇਖਣ ਦੇ ਲਈ ਤੁਹਾਨੂੰ ਪੇਮੈਂਟ ਕਰਨੀ ਪੈ ਸਕਦੀ ਇਹ ਨਵਾਂ ਫੀਚਰ ਜਲਦ ਜਿਹੜਾ ਸ਼ਾਮਲ ਹੋਵੇਗਾ ਜਿਸ ਨਾਲ ਯੂਜ਼ਰ ਲਾਈਵ ਬ੍ਰਾਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਤੈਅ ਕਰ ਸਕਣਗੇ ਕਿ ਉਹ ਆਪਣੀ ਲਾਈਵ ਵੀਡੀਓ ਨੂੰ ਫ੍ਰੀ ਰੱਖਣਾ ਚਾਹੁੰਦੇ ਹਾਂ ਜਾਂ ਐਕਸੈਸ ਕਰਨ ਵਾਲਿਆਂ ਨੂੰ ਦੇਖਣ ਦੇ ਲਈ ਪੇਮੈਂਟ ਕਰਨੀ ਪਵੇਗੀ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਮੁੱਖ ਮੰਤਰੀ ਨੇ ਨਸ਼ਿਆਂ ਦੇ ਖਾਤਮੇ ਲਈ ਚੁੱਕੀ ਸੀ ਸੌ ਯੂਥ ਕਾਂਗਰਸ ਦੇ ਆਗੂ ਕਰ ਰਹੇ ਸ਼ਰਾਬ ਦੀ ਸਮਗਲਿੰਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੀ ਗੁਟਕਾ ਸਾਹਿਬ ਹੱਥ ਚ ਫੜ ਕੇ 4 ਹਫ਼ਤੇ ਅੰਦਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਸੌਂ ਖਾਦੀ ਸੀ ਪਰ ਕੈਪਟਨ ਅਮਰਿੰਦਰ ਸਰਕਾਰ ਦੇ ਕਾਰਜਕਾਲ ਦੇ 3 ਸਾਲਾਂ ਬਾਅਦ ਹਾਲਾਤ ਇਹ ਬਣ ਗਏ ਹਨ ਕਿ ਪਟਿਆਲਾ ਦੇ ਐਮ ਫਰੰਟ ਯੂਥ ਕਾਂਗਰਸ ਦੇ ਨਾਲ ਸਬੰਧਤ ਆਗੂ ਸ਼ਰਾਬ ਦੀ ਸਮਗਲਿੰਗ ਦੇ ਵਿੱਚ ਲੱਗੇ ਹੋਏ ਹਨ ਤੇ ਲੋਕਡਾਊਨ ਦੌਰਾਨ ਯੂਥ ਕਾਂਗਰਸ ਦੇ ਨਾਲ ਸਬੰਧਤ ਦੋ ਆਗੂਆਂ ਦੇ ਖਿਲਾਫ ਸ਼ਰਾਬ ਸਮਗਲਿੰਗ ਦੀਆਂ ਦੋ ਵੱਖ-ਵੱਖ ਮਾਮਲੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਦੇ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਦਰਜ ਹੋਣ ਦੇ ਨਾਲ ਪਾਰਟੀ ਦੀ ਬਦਨਾਮੀ ਹੋ ਰਹੀ ਹੈ। ਅਗਲੀ ਖਬਰ ਆ ਰਹੀ ਹੈ ਜੀ ਸੰਗਰੂਰ ਤੋਂ ਵੀ ਕਰੋਨਾ ਬਲਾਸਟ 52 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਜ਼ਿਲ੍ਹੇ ਦੇ ਵਿੱਚ ਹੜਕੰਪ ਮਚ ਗਿਆ ਇਸ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਦਨ ਰਾਜਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀ ਨਦੀਰ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਵੱਖ-ਵੱਖ ਥਾਵਾਂ ਤੇ ਇਕਾਂਤ ਵਾਸ ਕੀਤਾ ਸੀ ਜਿੱਥੇ 154 ਦੇ ਸੈਂਪਲ ਭੇਜੇ ਗਏ ਜਿਨ੍ਹਾਂ ਦੇ ਵਿੱਚੋਂ 52 ਦੀ ਰਿਪੋਰਟ ਨੈਗ ਪੋਜ਼ਿਟਿਵ ਆਈ ਹੈ ਜੀ ਅਗਲੀ ਖਬਰ ਆ ਰਹੀ ਆ ਕਾਂਗਰਸ ਦੇਵੇਗੀ ਮਜ਼ਦੂਰਾਂ ਨੂੰ ਘਰ ਵਾਪਸ ਜਾਣ ਦੇ ਲਈ ਰੇਲ ਦਾ ਕਿਰਾਇਆ ਸੋਨੀਆ ਸੋਨੀਆ ਗਾਂਧੀ ਨੇ ਜੀ ਲਾਕਡਾਊਨ ਕਾਰਨ ਫਸੇ ਮਜ਼ਦੂਰਾਂ ਨੂੰ ਘਰ ਵਾਪਸ ਜਾਣ ਦੇ ਪਰਮੰਧ ਨਾ ਕਰਨ ਤੇ ਸਰਕਾਰ ਦੀ ਸਖਤ ਨੋਚਨਾ ਕਰਦਿਆ ਕਿਹਾ ਕਿ ਰਾਸ਼ਟਰ ਨਿਰਮਾਣ ਦੇ ਲਈ ਇਹਨਾਂ ਦੂਤਾਂ ਦੇ ਨਾਲ ਬੇਨਸਾਫੀ ਕੀਤੀ ਜਾ ਰਹੀ ਹੈ ਇਸ ਲਈ ਕਾਂਗਰਸ ਮਜ਼ਦੂਰਾਂ ਨੂੰ ਘਰ ਪਰਤਣ ਦੇ ਲਈ ਰੇਲ ਦਾ ਕਿਰਾਇਆ ਭੁਗਤਾਨ ਕਰੇਗੀ ਅਗਲੀ ਖਬਰ ਆ ਰਹੀ ਹੈ ਜੀ ਦੇਸ਼ ਚ ਕੋਰੋਨਾ ਦੇ 2553 ਨਵੇਂ ਮਾਮਲੇ ਮਰਤਕਾਂ ਦੀ ਗਿਣਤੀ ਹੋਈ 1373 ਅੱਜ ਤੋਂ ਬਦਲੇਗਾ ਜੀ ਬੈਂਕ ਚੋਂ ਪੈਸੇ ਕਢਵਾਉਣ ਦਾ ਨਿਯਮ ਖਾਤਾ ਨੰਬਰ ਦੇਖ ਕੇ ਮਿਲੇਗੀ ਇਜਾਜ਼ਤ ਆਪਣਾ ਬੈਂਕ ਅਕਾਊਂਟ ਨੰਬਰ ਚੈੱਕ ਕਰੋ ਜੀ ਸੋਮਵਾਰ ਤੋਂ ਬੈਂਕਾਂ ਚੋਂ ਪੈਸੇ ਕਢਾਉਣ ਦੇ ਨਿਯਮ ਬਦਲ ਜਾਣਗੇ ਜੀ ਲੋਕਡਾਊਨ ਦੇ ਤਹਿਤ ਅਜਿਹਾ ਬਦਲਾਅ ਕੀਤਾ ਗਿਆ ਹੈ ਜਿਸ ਦੇ ਕਾਰਨ ਹੁਣ ਤੁਸੀਂ ਪੈਸੇ ਕਢਵਾ ਸਕੋਗੇ ਜਦੋਂ ਤੁਹਾਡੇ ਬੈਂਕ ਖਾਤੇ ਦਾ ਆਖਰੀ ਨੰਬਰ ਇਜਾਜ਼ਤ ਪ੍ਰਾਪਤ ਤਰੀਕ ਦੇ ਨਾਲ ਮੇਲ ਖਾਂਦਾ ਹੋਵੇਗਾ ਨਹੀਂ ਤਾਂ ਤੁਸੀਂ ਪੈਸੇ ਨਹੀਂ ਕਢਵਾ ਸਕੋਗੇ ਸੋ ਉਸ ਤੋਂ ਬਾਅਦ ਜੀ ਕਿਸ ਦਿਨ ਕਿੰਨੇ ਪੈਸੇ ਕਢਵਾਉਣ ਦੀ ਇਜਾਜ਼ਤ ਹੈ ਸੋ ਜਿਨ੍ਹਾਂ ਦੇ ਖਾਤੇ ਦਾ ਨੰਬਰ 0 ਤੇ 1 ਹੈ ਉਹ ਸੋਮਵਾਰ ਪੈਸੇ ਕਢਵਾਉਣਗੇ ਜਿਨ੍ਹਾਂ ਦਾ 2 ਅਤੇ 3 ਹੈ ਉਹ 5 ਮਈ ਨੂੰ ਪੈਸੇ ਕਢਵਾਉਣਗੇ ਜਿਨ੍ਹਾਂ ਦਾ 4 ਅਤੇ 5 ਹੈ ਉਹ 6 ਨੂੰ ਬੁੱਧਵਾਰ ਕਢਵਾਉਣਗੇ ਤੇ ਜਿਨ੍ਹਾਂ ਦੇ ਆਖਰੀ ਨੰਬਰ 6 ਅਤੇ 7 ਹਨ ਉਹ 8 ਮਈ ਨੂੰ ਤੇ ਜਿਨ੍ਹਾਂ ਦੇ 8 ਤੇ 9 ਹਨ ਉਹ 11 ਮਈ ਨੂੰ ਪੈਸੇ ਕਢਵਾ ਸਕਦੇ ਹਨ ਅਗਲੀ ਵੱਡੀ ਖਬਰ ਦੀ ਰਾਹੁਲ ਨੇ ਮਜ਼ਦੂਰਾਂ ਤੋਂ ਕਿਰਾਇਆ ਵਸੂਲਣ ਤੇ ਲੈ ਕੇ ਰੇਲਵੇ ਤੇ ਸਾਧਿਆ ਨਿਸ਼ਾਨਾ ਸੋ ਪੀਐਮ ਕੇਅਰਸ ਫੰਡ ਦੇ ਵਿੱਚ 151 ਕਰੋੜ ਰੁਪਏ ਦੇ ਰਿਹਾ ਹੈ ਇੱਕ ਪਾਸੇ ਰੇਲਵੇ ਤੇ ਦੂਜੇ ਪਾਸੇ ਪ੍ਰਵਾਸੀ ਮਜ਼ਦੂਰਾਂ ਤੋਂ ਕਿਰਾਇਆ ਵਸੂਲ ਕਰ ਰਿਹਾ ਹੈ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਚ ਖੜਾ ਹੋ ਸਕਦਾ ਮਜ਼ਦੂਰਾਂ ਦਾ ਸੰਕਟ ਆਉਣ ਵਾਲੇ ਦਿਨਾਂ ਦੇ ਵਿੱਚ ਇੰਡਸਟਰੀ ਸੈਕਟਰ ਚ ਲੇਬਰ ਦਾ ਜਬਰਦਸਤ ਸੰਕਟ ਖੜਾ ਹੋ ਸਕਦਾ ਕਿਉਂਕਿ ਪੰਜਾਬ ਤੋਂ 3 ਲੱਖ ਦੇ ਕਰੀਬ ਲੋਕਾਂ ਨੇ ਆਪਣੇ ਸੂਬਿਆਂ ਨੂੰ ਪਰਤਨ ਦੀ ਅਰਜੀ ਦਿੱਤੀ ਆ ਹਾਲਾਂਕਿ ਸੂਬਾ ਸਰਕਾਰ ਦੇ ਕੋਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਿਲਾ ਕੇ ਸਾਰੇ 35 ਸੂਬਿਆਂ ਤੋਂ ਅਰਜ਼ੀਆਂ ਆ ਰਹੀਆਂ ਹਨ ਪਰ ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਜਾਣ ਵਾਲੇ ਸਭ ਤੋਂ ਵੱਧ ਹਨ ਤੇ ਸੂਬੇ ਤੋਂ 10 ਲੱਖ ਲੋਕ ਦੂਜੇ ਸੂਬਿਆਂ ਤੋਂ ਮਜ਼ਦੂਰ ਦੇ ਤੌਰ ਤੇ ਪੰਜਾਬ ਆਏ ਹੋਏ ਹਨ ਸੋ ਇਸ ਦੇ ਨਾਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਣ ਦੀ ਉਮੀਦ ਹੈ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਹੈ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਕੇਂਦਰ ਸਰਕਾਰ ਤੇ 9 ਰੁਪਏ 62 ਪੈਸੇ ਦੇ ਕੱਟ ਦਾ ਵਿਰੋਧ ਕੀਤਾ ਗਿਆ ਜੀ ਕੁਦਰਤੀ ਮਾਰ ਦੇ ਕਾਰਨ ਝੱਲ ਰਹੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕਣਕ ਨੂੰ ਬਰੀਕ ਦਾਣਾ ਕਹਿ ਕੇ ਕਥਿਤ ਤੌਰ ਤੇ ਖੇਂਦਰੀ ਖੇਦ ਖਰੀਦ ਏਜੰਸੀ ਦਾ ਕੁਆਲਟੀ ਇਨਸਪੈਕਟਰ 9 ਰੁਪਏ 62 ਪੈਸੇ ਦਾ ਕੱਟ ਲਾ ਕੇ ਕਿਸਾਨਾਂ ਨੂੰ ਕੰਜ਼ਿਊਮਰ ਕੱਟ ਰਿਹਾ ਹੈ ਤੇ ਖਰੀਦੀ ਕਣਕ ਨੂੰ ਲੈ ਕੇ ਕਿਸਾਨਾਂ ਦੀਆਂ ਮੰਡੀਆਂ ਦੇ ਵਿੱਚ ਹੋਰ ਇੱਕ ਖੱਜਲ ਖਵਾਰੀ ਅਤੇ ਭਾਰੀ ਲੁੱਟ ਦੇ ਮੁੱਦੇ ਤੇ ਭਾਰਤੀ ਕਿਸਾਨੀ ਯੂਨੀਅਨ ਨੇ ਮੁੱਦਾ ਚੱਕਿਆ ਹੈ ਅਗਲੀ ਖਬਰ ਆ ਰਹੀ ਹੈ ਜੀ ਲਾਕਡਾਊਨ ਤਿੰਨ ਗ੍ਰੀਨ ਅਤੇ ਔਰੇਂਜ ਜ਼ੋਨ ਦੇ ਵਿੱਚ ਅੱਜ ਖੁੱਲਣਗੇ ਤਾਲੇ ਸੋ ਅੱਜ ਦੇਸ਼ ਦੇ ਵਿੱਚ ਤੀਜਾ ਲਾਕਡਾਊਨ ਦਾ ਜਿਹੜਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ ਜੀ ਇਹ 17 ਮਈ ਤੱਕ ਚੱਲੇਗਾ ਤੇ ਹੁਣ ਦੇ ਦੋਵੇਂ ਪੜਾਵਾਂ ਦੇ ਨਾਲ ਉਹ ਇਹ ਬਹੁਤ ਜ਼ਿਆਦਾ ਰਾਹਤ ਦੇਣ ਵਾਲਾ ਹੈ ਜੀ ਇਸ ਦੇ ਨਿਜ਼ਮਾ ਦੇ ਢਿੱਲ ਚੂ ਵਾਇਰਸ ਦੇ ਖਤਰੇ ਦੇ ਆਧਾਰ ਤੇ ਤਿੰਨ ਹਿੱਸਿਆਂ ਦੇ ਵਿੱਚ ਰੈੱਡ ਔਰੈਂਜ ਅਤੇ ਗ੍ਰੀਨ ਦੇ ਵਿੱਚ ਵੰਡਿਆ ਗਿਆ ਹੈ ਤਿੰਨਾਂ ਸ਼੍ਰੈਣੀਆਂ ਦੇ ਵਿੱਚ ਅੰਤਰਰਾਸ਼ਟਰੀ ਹਵਾਈ ਯਾਤਰਾ ਰੇਲ ਸੇਵਾਵਾਂ 27 ਮਈ ਤੱਕ 17 ਮਈ ਤੱਕ ਬੰਦ ਰਹਿਣਗੀਆਂ ਹਾਲਾਂਕਿ ਕੁਝ ਹੋਰ ਗਤੀਵਿਧੀਆਂ ਰੈੱਡ ਅਤੇ ਔਰੇਂਜ ਗ੍ਰੀਨ ਜ਼ੋਨਾਂ ਦੇ ਵਿੱਚ ਵਰਗੀਕਰਨ ਦੇ ਆਧਾਰ ਤੇ ਦਿੱਤੀਆਂ ਜਾਵੇਗੀਆਂ ਸੋ ਕਈ ਰਿਆਤਾਂ ਦੇ ਨਾਲ ਅੱਜ ਲੋਕਡਾਊਨ ਤਿੰਨ ਦੀ ਸ਼ੁਰੂਆਤ ਸੋ ਦੱਸਦੇ ਹਾਂ ਤੁਹਾਨੂੰ ਕੀ ਕੀ ਖੁੱਲ ਸਕਦਾ ਜੀ ਇਸ ਦੇ ਵਿੱਚ ਪ੍ਰਵਾਸੀ ਮਜ਼ਦੂਰ ਵਿਦਿਆਰਥੀ ਸ਼ਰਦਾਲੂ ਸਲਾਨੀ ਜੋ ਕਿ ਲੋਕਡਾਊਨ ਚ ਪਹਿਲਾਂ ਫਸੇ ਹਨ ਉਹਨਾਂ ਨੂੰ ਸ਼ਰਤਾਂ ਦੇ ਨਾਲ ਆਪਣੇ ਸੂਬੇ ਦੇ ਵਿੱਚ ਭੇਜ ਦਿੱਤਾ ਜਾਵੇਗਾ ਤੋਂ ਦੇਸ਼ ਦੇ ਵਿੱਚ 130 ਜ਼ਿਲ੍ਹੇ ਰੈੱਡ ਜ਼ੋਨ ਚ ਹਨ ਜੀ 200 ਹੜਤਾ 84 ਜ਼ਿਲ੍ਹੇ ਔਰੰਜੂ ਅਤੇ 319 ਜ਼ਿਲ੍ਹੇ ਗ੍ਰੀਨ ਜ਼ੋਨ ਦੇ ਵਿੱਚ ਹਨ ਸੋ ਜੇਕਰ ਗੱਲ ਕਰੀਏ ਜੀ ਜਨ ਤੱਕ ਇਕੱਠ ਸਥਾਨ ਜਿਵੇਂ ਜਿਮ, ਥੀਏਟਰ, ਮਾਲ, ਸਿਨੇਮਾ, ਹਾਲ ਬਾਰ ਬੰਦ ਰਹਿਣਗੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੁਭਾਵਾਂ ਦੀ ਆਗਿਆ ਨਹੀਂ ਹੋਵੇਗੀ ਸੋ ਗ੍ਰੀਨ ਅਤੇ ਔਰੰਜੂ ਜ਼ੋਨ ਦੇ ਵਿੱਚ ਨਾਈ ਦੀਆਂ ਦੁਕਾਨਾਂ, ਸਪਾ ਅਤੇ ਸੈਲੂਨ ਖੁੱਲਣ ਦੀ ਆਗਿਆ ਹੋਵੇਗੀ ਉਸ ਤੋਂ ਬਾਅਦ ਜੀਐਸਟੀ ਦਾ ਜੀਐਸਟੀ ਦਾ ਬਕਾਇਆ ਦੇਵੇ ਕੇਂਦਰ ਨਹੀਂ ਕਰਮਚਾਰੀਆਂ ਦੀਆਂ ਤਨਖਾਹਾਂ ਦੇਣਾ ਮੁਸ਼ਕਲ ਕੈਪਟਨ ਅਮਰਿੰਦਰ ਸਿੰਘ ਸੋ ਉਹਨਾਂ ਨੇ ਕਿਹਾ ਜੀ ਜੇਕਰ ਕੇਂਦਰ ਸਰਕਾਰ ਜੀਐਸਟੀ ਦਾ ਐਕਸਾਈਜ਼ ਦਾ ਬਕਾਇਆ ਕੇਂਦਰ ਦੇ ਵੱਲ ਜਿਹੜਾ ਰਹਿੰਦਾ ਜੇ ਨਾ ਦਵੇਗੀ ਤਾਂ ਫਿਰ ਸਾਨੂੰ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਚ ਮੁਸ਼ਕਲ ਹੋਵੇਗੀ ਸੋ ਉਧਰ ਕੋਰੋਨਾ ਵਾਇਰਸ ਦੇ ਬਾਰੇ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਵਾਇਰਸ ਦੀ ਲੜਾਈ ਥੋੜੀ ਲੰਬੀ ਅਤੇ ਮਹਿੰਗੀ ਹੈ ਇਸ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਮਿਲ ਕੇ ਇਸ ਦੇ ਨਾਲ ਟੱਕਰਾ ਕਰਨਾ ਪਵੇਗਾ ਅਗਲੀ ਵੱਡੀ ਜਿਹੜੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਵਿੱਚ 3 ਕਰੋੜ ਦੀ ਆਬਾਦੀ ਹੈ ਇਸ ਦੇ ਲਈ ਇੰਨੀ ਵੱਡੀ ਸੰਖਿਆ ਦੇ ਵਿੱਚ ਟੈਸਟ ਕਰਨ ਨੂੰ ਕਾਫੀ ਖਰਚਾ ਹੋਵੇਗਾ ਕਿਉਂਕਿ ਇੱਕ ਮਰੀਜ਼ ਦੇ ਟੈਸਟ ਕਰਨ ਦੇ ਲਈ 2000 ਰੁਪਏ ਖਰਚ ਆਉਂਦਾ ਸੋ ਕੈਪਟਨ ਸਰਕਾਰ ਦੇ ਵੱਲੋਂ ਇਸ ਤੋਂ ਇਲਾਵਾ ਕੇਂਦਰ ਨੇ ਜਿਹੜੇ ਸ਼ਰਾਬ ਦੇ ਠੇਕੇ ਵੀ ਬੰਦ ਕਰਕੇ ਹੋਏ ਹਨ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਸ਼ਰਾਬ ਲੱਗਣ ਵਾਲੀ ਐਕਸਰਸਾਈਜ਼ ਡਿਊਟੀ ਤੋਂ ਹੀ ਕਮਾਈ ਹੁੰਦੀ ਹੈ ਇਸ ਦੇ ਬਾਰੇ ਅਸੀਂ ਕੇਂਦਰ ਸਰਕਾਰ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲਣ ਦੇ ਬਾਰੇ ਵੀ ਕਹਿ ਚੁੱਕੇ ਹਨ ਜੇਕਰ ਇਸ ਨੂੰ ਮੁਸ਼ਕਲ ਆਵੇ ਤਾਂ ਸਾਨੂੰ GST ਦਾ ਬਕਾਇਆ ਮਿਲ ਜਾਵੇ ਤਾਂ ਥੋੜੀ ਰਾਹਤ ਮਿਲੇਗੀ ਸੋ ਕੈਪਟਨ ਦੀ ਇਸ ਖਬਰ ਦੇ ਨਾਲ ਹੀ ਇੱਥੇ ਇਹਨਾਂ ਖਬਰਾਂ ਦੀ ਸਮਾਪਤੀ ਆ ਸ਼ਾਮ ਵਾਲੀ ਵੀਡੀਓ ਦੇ ਵਿੱਚ ਹੋਰ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ